दिल्ली दे विच अज किसानां दा हल्ला बोला है जी। अपनियां मंगां नूं लै के किसान जिहड़े ने जंतर मंतर ते अज मार्च कढ़नगे। तुहानूं दस दईए कि बंगला साहिब गुरद्वारे तों किसान जिहड़े ने इकट्ठे हो के जंतर मंतर तक मार्च कढ़नगे। तस्वीरां तुहाडे सामणे ने, तस्वीरां दे विच तुसीं वेख सकदे हो किसानां दा जमावड़ा जिहड़ा उत्थे लगना शुरू हो चुक्या है जी। गुरद्वारा साहिब तों इह मार्च जंतर मंतर तक कढ़िया जाएगा। फिलहाल तुहानूं दस दईए कि MSP पाणी अते पंजाब दे होर वी कई मुद्दिआं दे उत्ते अज धरना लगाया जाएगा। किसानों का जमावड़ा जिहड़ा कि उत्थे पहुंच चुके हैं। फिलहाल तुहानूं दस दईए कि 5 किसान जथेबंदियों वालों यह धरना लगाया जा रहा है, जिन्हां दे विच भारतीय किसान संघ, भारतीय किसान यूनियन मानसा, भारतीय किसान राज्यवाल संघ, आजाद किसान संघर्ष समृति अते किसान संघर्ष कमेटी पंजाब वालों जिहड़े कि प्रदर्शन किया जा रहा है। तस्वीरों दे विच तुसीं वेख सकते हो कि किस तरीके दे नाल धरने प्रदर्शन नूं लै के किसान जिहड़े कि इकट्ठे होने शुरू हो चुके हैं। तो दूजे पासे दिल्ली पुलिस वालों भी तैयारी खींची गई है, चारे पासे पुलिस तैनात की गई है, बैरीगेटिंग तक की गई है, पुलिस ने भी अपने पद्धर से तैयारी की गई है किसानों नूं रोकण दे लई। तां फिलहाल तुहानूं दस दईए कि अज वड्डे पद्धर से किसानों का हल्ला बोला है दिल्ली दे विच। तस्वीरों दे विच तुसीं वेख सकदे हो कि किसान भी अपनियां तैयारियां पूरी करके जिहड़े कि धरने ते पहुंच चुके ने, ते दूजे पासे पुलिस ने भी सिक्योरिटी जिहड़ी कि टाइट कर दित्ती है। चारे पासे किसानां वल्लों अपनियां मंगां लै के अज प्रदर्शन जिहड़े कि करन दे लई दिल्ली जंतर मंतर दा घिराओ कीता जाएगा। ਭਾਜੀ ਕੀ ਰੂਪ ਰੇਖਾ ਹੈ ਪ੍ਰੋਟੈਸਟ ਦੀ? ਮੈਂ ਪ੍ਰਗਟ ਸਿੰਘ ਤਲਵੰਡੀ ਸੂਬਾ ਸਕੱਤਰ ਕਿਸਾਨੀ ਨੇ ਰਾਜੇਵਾਲ ਜਿਹੜਾ ਅੱਜ ਦਾ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ ਪ੍ਰਧਾਨ ਮੰਤਰੀ ਦੇ ਨਾਂ ਤੇ ਜਿਹੜਾ ਅਸੀਂ ਮੈਮੋਰੈਂਡਮ ਦੇਵਾਂਗੇ। ਸਾਡੇ ਪ੍ਰਧਾਨ ਜੀ ਆ ਰਹੇ ਆ, ਵੱਡਾ ਕਾਫਲਾ ਲੈ ਕੇ ਇੱਕ ਦਿਨ ਦਾ ਪ੍ਰੋਗਰਾਮ ਹੈ ਸਾਰੇ, ਕਿਉਂਕਿ 5 ਜਥੇਬੰਦੀਆਂ ਦੇ ਇਕੱਠ ਦੇ ਮੁਤਾਬਕ ਜਿਹੜਾ ਮੇਨ ਸਾਡੀ ਮੰਗ ਪਾਣੀਆਂ ਦੇ ਮੁੱਦੇ ਤੇ ਜਿਹੜਾ ਵੱਡਾ ਪੰਜਾਬ ਨੇ ਅੰਦੋਲਨ ਲੜਨਾ ਉਹਦੀ ਤਿਆਰੀ ਦੇ ਵਜਾ ਇਹ ਪ੍ਰਧਾਨ ਮੰਤਰੀ ਨੂੰ ਭੇਜ ਰਹੇ ਹਾਂ। ਇਹਨਾਂ ਮੰਗਾਂ ਨੂੰ ਫੌਰਨ ਪ੍ਰਵਾਨ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਸੰਘਰਸ਼ ਵਿੱਢਣ ਦੀ ਤਿਆਰੀ ਹੈ। ਅੱਜ ਮੈਮੋਰੈਂਡਮ ਦਿੱਤਾ ਜਾਏਗਾ ਔਰ ਇੱਥੋਂ ਮਾਰਚ ਕਰਕੇ ਜੰਤਰ ਮੰਤਰ ਤੱਕ ਜ਼ਰੂਰ ਜਾਣਾ ਹੈ। ਜੰਤਰ ਮੰਤਰ 'ਤੇ ਵੱਡੀ ਰੈਲੀ ਹੋਣੀ ਹੈ ਜਿੱਥੇ 5 ਜਥੇਬੰਦੀਆਂ ਦੇ ਮੁੱਖ ਆਗੂ ਸੰਬੋਧਨ ਕਰਨਗੇ ਅਤੇ ਪ੍ਰਧਾਨ ਮੰਤਰੀ ਜੀ ਨੂੰ ਜਿਹੜਾ ਮੰਗ ਪੱਤਰ ਸੌਂਪਿਆ ਜਾਵੇਗਾ। ਕੀ ਰੂਪ ਰੇਖਾ ਅੱਜ ਦੇ? ਅੱਜ 5 ਕਿਸਾਨ ਜਥੇਬੰਦੀਆਂ ਵੱਲੋਂ ਪਾਰਲੀਮੈਂਟ ਨੂੰ ਵਾਰ ਕੀਤਾ ਜਾ ਰਿਹਾ ਹੈ। ਉਹਦੇ ਵਿੱਚ ਮੁੱਖ ਮੰਗਾਂ ਪੰਜਾਬ ਦੇ ਪਾਣੀਆਂ ਦੀ ਲਗਾਤਾਰ ਹੋ ਰਹੀ ਲੁੱਟ, ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਲਗਾਤਾਰ ਕੀਤੇ ਜਾ ਰਹੇ ਗਲਤ ਸਮਝੌਤੇ ਅਤੇ ਬੇਇਨਸਾਫੀ। ਪੰਜਾਬ 5 ਦਰਿਆਵਾਂ ਦੀ ਧਰਤੀ ਹੈ, ਪਾਣੀ ਤੋਂ ਤਰਸਦੀ ਹੈ। ਪਾਣੀ ਪੰਜਾਬ ਤੋਂ ਬਾਹਰ ਜਿਹੜੇ ਗੈਰ ਰਿਪੇਰੀਅਨ ਸੂਬੇ ਉਹਨਾਂ ਨੂੰ ਜਾ ਰਿਹਾ। ਵਾਤਾਵਰਨ ਬਹੁਤ ਪ੍ਰਦੂਸ਼ਿਤ ਹੈ। ਪੰਜਾਬ ਦੀਆਂ ਫੈਕਟਰੀਆਂ ਸਾਰਾ ਗੰਦਾ ਪਾਣੀ ਜ਼ਮੀਨ ਦੇ ਵਿੱਚ ਪਾ ਰਹੀਆਂ, ਜਿਸ ਕਰਕੇ ਫਸਲਾਂ ਨੂੰ ਨੁਕਸਾਨ ਹੋ ਰਿਹਾ ਔਰ ਮਨੁੱਖਾਂ ਨੂੰ ਬੜੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ। ਦੇਸ਼ ਦੇ ਸੰਘੀ ਢਾਂਚਾ, ਪੰਜਾਬ ਦੇ ਸੰਘੀ ਢਾਂਚੇ ਦੇ ਉੱਪਰ ਬੜੇ ਜ਼ਬਰਦਸਤ ਹਮਲੇ ਹੋ ਰਹੇ ਆ। ਡੈਮ ਸੇਫਟੀ ਐਕਟ ਬਣਾ ਕੇ ਸੈਂਟਰ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਖੋ ਰਿਹਾ। ਇਸ ਦੇ ਨਾਲ ਹੀ ਜੋ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਪਿਛਲੇ ਸਮੇਂ ਐਜੀਟੇਸ਼ਨ ਦੌਰਾਨ ਵਾਅਦੇ ਕੀਤੇ ਸੀ ਕਿ ਇਹਨਾਂ ਨੂੰ MSP ਦੀ ਕਾਨੂੰਨੀ ਗਰੰਟੀ ਦੇਣੀ ਹੈ, ਕਰਜ਼ੇ ਮਾਫ਼ ਕਰਨੇ ਨੇ, ਜਿੰਨੇ ਕੇਸ ਕਿਸਾਨਾਂ ਦੇ ਬਣਾਏ ਸੀ ਉਹ ਵਾਪਸ ਲੈਣੇ ਨੇ। ਸਾਰੀ ਵਾਅਦਾ ਖਿਲਾਫੀ ਹੋਈ ਹੈ, ਸਾਰੇ ਵਾਅਦਿਆਂ ਤੋਂ ਸਰਕਾਰ ਮੁੱਕਰ ਚੁੱਕੀ ਹੈ। ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਨੇ ਸਰਕਾਰ ਨੂੰ ਚੇਤਾਵਨੀ ਦੇਣ ਦੇ ਲਈ ਕਿ ਇਹਨਾਂ ਮੰਗਾਂ ਨੂੰ ਫੌਰਨ ਪ੍ਰਵਾਨ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਸੰਘਰਸ਼ ਵਿੱਢਣ ਦੀ ਤਿਆਰੀ ਹੈ। ਅੱਜ ਮੈਮੋਰੈਂਡਮ ਦਿੱਤਾ ਜਾਏਗਾ ਔਰ ਇੱਥੋਂ ਮਾਰਚ ਕਰਕੇ